खास हरियाणा देखने सारे दर्शकों ने सोनो वाली राम राम आज आपकी मुलाकात एक नामी ग्रामी कुश्ती का पहलवान का है पीटी कुराड़ भाई साहब हैं जो भारत केसरी रहे हैं और बहुत बड़ी बड़ी अचीवमेंट रही हैं जो युवा साथी इस इंटरव्यू ने देख लाग रहे हैं जो युवा पीढ़ी पलेरी की लाइन में आना चाहे है या फिर एक अच्छा शरीर चाहे है अपना अच्छा भविष्य चाह है तो वो इस इंटरव्यू आप लगातार देखते दे रहिए हो भाई के जीवन से जुड़ी हुई बहुत सारी चीजें आप पूछेंगे आप पलेरी से जुड़ी हुई स्ट्रगल स्टोरी सारी की सारी भाई भाई साहब राम 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 पहले तबीयत तबीयत ठीक है भाई हाँ। तो दूसरे की भी तबीयत बढ़िया रहा है और उनका भविष्य भी बढ़िया रहा है इसी वजह से आपका इंटरव्यू हम करने की सोच रहे हैं तो शुरुआत कितने साल पहला करी भाई भाई मैंने हो गए दस बारह साल हो गए ਕਿਸ਼ਤੀ ਦੇਖ ਕੇ ਨਾਪ ਲੱਗੇ تھے ਮੈਂ ਤਾਂ ਭਾਈ ਗਾਮ ਮੇ ਇੱਕ ਪਹਿਲਵਾਨ ਨੰਬਰ ਹੈ ਹਰਿਆਣਾ ਪੁਲਿਸ ਮੋ ਲੈ ਗਿਆ ਬਸ ਨੂੰ ਮੈਂ ਖੇਲੇ ਕਰਦਾ ਰਹੀ ਤਰਾ ਤਾਂ ਮੈਂ ਬਾਲਕ ਤਾਂ ਉਹ ਲੈ ਗਿਆ ਸਾ ਉਹ ਲੱਗ ਗਿਆ ਆਪਣਾ ਬਸ ਥੋੜਾ ਥੋੜਾ ਖੇਲੇ ਗਿਆ ਦੋ ਤਿੰਨ ਸਾਲ ਬਾਅਦ ਸਹੀ ਸਹੀ ਕੁਸ਼ਤੀ ਲੜਨ ਲੱਗ ਗਿਆ ਫੇ ਫਿਰ ਮੈਂ ਬੱਗਿਆ ਖਾੜਾ ਮ ਬਾਈ ਅੱਛਾ ਅੱਛਾ ਹਾਂ ਰੋਤ ਤੱਕ ਰਹਿਣ ਲੱਗਿਆ ਤਾਂ ਤੋ ਗੁਰੂ ਜੀ ਦਾ ਬਾਰੇ ਬਤਾਓ ਆਪਕੇ ਗੁਰੂ ਕੌਣ ਹੈ ਗੁਰੂ ਓਮ ਪ੍ਰਕਾਸ਼ ਹੈ ਬਾਈ ਹਰਿਆਣਾ ਪੁਲਿਸ ਮੋ ਲੱਗ ਰਹੇ ਅੱਛਾ ਹਾਂ ਉਹ ਵੀ ਬਹੁਤ ਵੱਡਿਆ ਪਹਿਲਵਾਨ ਹੋਇਆ ਤੋ ਘਰ ਵਾਲਿਆਂ ਦਾ ਕੀ ਕੁਝ ਸਪੋਰਟ ਰਿਹਾ ਬਾਈ ਸ਼ੁਰੂਆਤੀ ਦੌਰ ਮੇ ਘਰ ਵਾਲਿਆਂ ਦਾ ਵੱਡਿਆ ਸਪੋਰਟ ਆ ਬਾਈ ਗਰਲੇ ਖੁਲਕੇ ਪੈਸਾ ਦੇ ਕਰਦੇ ਖੁਲਕੇ ਖਰਚਾ ਕਰੇ ਕਰਦੇ ਤਾਂ ਪੜਾਈ ਲਿਖਾਈ ਦਾ ਕੀ ਸਿਸਟਮ ਰਹਾ ਪੜਾਈ ਮੈਂ ਭਾਈ ਬੀਏ ਸੈਕੰਡ ਮ ਉਹ ਬੀਏ ਸੈਕੰਡ ਮ ਉਹ ਤਾਂ ਇਸ ਲਾਈਨ ਮ ਆਣੇ ਕੇ ਬਾਅਦ ਮੈਂ ਆਪਨਾ ਕਦੇ ਇਸ ਤਰੀਆਂ ਦਾ ਮਹਿਸੂਸ ਹੋਇਆ ਹੈ ਕਿ ਨਾ ਇਸ ਲਾਈਨ ਮ ਗਲਤ ਆ ਗਏ ਉਹ ਕਦੇ ਇਸਾ ਸਮਝ ਮ ਆਈ ਬਸ ਸਟਾਰਟਿੰਗ ਇਸ ਮੈਂ ਜੁਈ ਨੂੰ ਦੇਖੇ ਕਰਦੇ ਵੱਡੇ ਵੱਡੇ ਪਹਿਲਵਾਨ ਹੈ ਕਦੇ ਹਰ ਜੇ ਕਰਦੇ ਨੂੰ ਹੋਈ ਕਰਦੀ ਮਨਸੀਮਾ ਭਾਈ ਨੂੰ ਵਰਕੇ ਮਨ ਮੇ ਜਾਵਾਂਗੇ ਥੋੜੀ ਮਨ ਮ ਹੋਈ ਕਰਦੀ ਫਿਰ ਘਰ ਕੇ ਗਏ ਕਰ ਕਰ ਕੁਝ ਨਹੀਂ ਹੁੰਦਾ ਕੋਚ ਕਈ ਗਰਦਾ ਕਰਦਾਰੋ ਕਰਦਾਰੋ ਬਸ ਕਰੇ ਗਈ ਕਰੇ ਗਈ ਆਪਣੇ 56 ਸਾਲ ਬਾਅਦ ਸ਼ਾਇਦ ਨਾਮ ਸੈ ਗਿਆ ਫਿਰ ਆਪਣਾ ਜਨੂੰਨ ਬਣ ਗਿਆ ਇਹ ਵਾ ਆਪਣਾ ਭਗਵਾਨ ਕੇ ਜੇ ਤਾਂ ਸਹੀ ਵੱਡੀਆਂ 2 ਨੰਬਰ ਕੀ ਜੋੜ ਮ ਲੜੂ ਭਾਰਤ ਕੇ ਸ਼ਰੀ ਬਣਿਓ ਮੋਟਰਸਾਈਕਲ ਵੀ ਮਿਲੇ ਜਾ ਗੁੰਠੀ ਕੜੇ ਕੋਈ ਜਾ ਕੁश्ती ਤੋਂ ਬਾਹਰ ਕਿੰਨੀ ਵਾਰ ਖੇਲਣ ਦਾ ਮੌਕਾ ਮਿਲੇ ਆ ਆਪਣਾ ਆਪਣਾ ਸਟੇਟ ਦਾ ਬਾਹਰ ਬਸ ਦੋ ਵਰ ਨੈਸ਼ਨਲ ਵੀ ਲੜਕਾਇਆ ਹੋ ਮੈਂ ਇੱਕ ਵਾਰ ਨੈਸ਼ਨਲ ਪੋਜੀਸ਼ਨ ਵੀ ਮੇਰੀ 3rd ਪੋਜੀਸ਼ਨ ਹੈ और मैं दंगल तो देखे जाऊं मत बोलो आठ आठ नौ नौ महीने दंगल में तो रहवाएं कुश्ती बंदे जाऊं लड़ते रहूं ही इस लाइन माने के बाद मैं अपना कदी आर्थिक तंगी का भी सामना करना पड़या है तंगी तो भाई जो चोट फेट लग जाए बस चोट फेट ज्यादा हो यार ये पहलवान का लग दे रहे हैं चोट में तो हो जनो यार गलत हाथ ले लिया और जो बंदा का चोट ना लग गए फिर इस भर की चीज जे नहीं भाई ਜਦ ਆਪ ਮੇ ਇੰਜਰੀ ਮਾਏ ਇੰਜਰੀ ਮਾਣੇ ਕੇ ਬਾਅਦ ਮ ਕਦੇ ਨੂ ਮਨ ਮੇ ਨਿਰਾਸ਼ਾ ਹੋਈ ਹੈ ਕਿ ਭਾਈ ਮੈਨਲੇ ਪਤਾ ਨਹੀਂ ਰਿਕਵਰੀ ਹੋ ਪਾਵੇਗੀ ਜਾਂ ਨਹੀਂ ਹੋ ਪਾਵੇਗੀ ਹਾਂ ਇੱਕ ਬਰ ਹੋਈ ਦੀ ਗੋਡਮ ਚੋਟ ਲੱਗੀ ਸੀ ਭਾਈ ਡਾਕਟਰ ਨੇ ਆਪਰੇਸ਼ਨ ਬੋਲਦੀ ਆ ਤਾਂ ਬੋਲੇ ਆਪਰੇਸ਼ਨ ਕਰਾ ਲਈ ਪਰ ਛੇ ਵੀ ਨਿਮਨ ਅਸਰ ਸਾਈਜ਼ ਕਰੀ ਹੋ ਗਿਆ ਰਾਮ ਠੀਕ ਹੋ ਗਿਆ ਜਦੋਂ ਪਾਛ ਭਗਵਾਨ ਦੇ ਦਾ ਤਾ ਡੇਢ ਸਾਲ ਹੋ ਗਏ ਕੋਈ ਚੋਟ ਨਹੀਂ ਲੱਗੀ ਸਹੀ ਚੱਲ ਰਿਹਾ ਹੂੰ ਤਾਂ ਇਸ ਲਾਈਨ ਮਾਣੇ ਕੇ ਬਾਅਦ ਮ ਕੁਣ ਸੇ ਕੁਣ ਸੇ ਚੋਟੀ ਕੇ ਪਲੇਅਰਾਂ ਤਾਂ ਆਪਕਾ ਸਾਹਮਣਾ ਹੋਇਆ ਜਿਸਕੀ ਨੀ ਤੁੱਤੀ ਬੋਲੀ ਹੈਰ ਆਪਕਾ ਸਾਹਮਣਾ ਹੋਇਆ ਉਹ ਗੱਲ ਹੈ ਸਾਹਮਣੇ ਦਬਾਈ 20 ਦਿਨ ਪਹਿਲਾਂ ਮਨੇ ਇੱਕ ਰਿੰਕੂ ਸਵਾਰ ਮਾਰਿਆ ਹੂੰ ਹੂੰ ਵੱਡਿਆ ਪਹਿਲਵਾਨ ਪੰਜਾਬ ਕਾ ਨਾਮੀ ਗ੍ਰਾਮੀ ਹੂੰ ਹੂੰ ਅੱਛਾ ਹੋਰ ਵੀ ਬਹੁਤ ਮਾਰਾ ਸਾਹਮਣੇ ਛੋੜਾ ਅਗਲਾ ਬਰਾਬਰ ਹੋਇਆ ਵਾਰ ਤੇ ਛੋਣੇ ਛੋੜਾ ਵੀ ਹੂੰ ਹੂੰ ਉਸ ਕਲਾ ਬਰਾਬਰ ਹੋਈ ਹੈ ਹੋਰ ਵੀ ਬਹੁਤ ਮਾਰਿਆ ਭਾਈ ਪੰਜਾਬ ਕੇ ਵੀ ਹਰਿਆਣਾ ਮੇ ਵੀ ਕੁਸ਼ਤੀ ਬੰਦੇ ਜਾਵੇ ਮੈਨੂੰ ਇੱਕ ਦੋ ਕੜੀਆਂ ਹਰ ਬੈਰ ਵੀ ਜਾ ਕੋਈ ਦਿੱਕਤ ਨਹੀਂ ਬਾਕੀ ਜਿੱਤਨੇ ਲੱਗ ਰਹਾ ਹੂ ਇਹ ਵੀ ਤੋਂ ਇਹ ਇੱਕ ਹੋਰ ਹਨੇ ਭਾਈ ਇਹ ਪਹਿਲਾਂ ਕੀ ਹੋਇਆ ਕਰਦਾ ਮੈਨਲੇ ਆਰ ਪਾਰ ਕੀ ਲੜਾਈ ਹੋਈ ਕਰਦੀ

हिमाचल गरोलियो है यानी कि कडलाणी लानी पड़ेगी हां हिमाचल मतलब लाड़े लानी पड़ेगी भाई दोनों में मैथ है बढ़िया कौन सी लाग गया है आर पार की में जद अगला ने पूरा दम देख ले जद वो बढ़िया लाग गया है या फिर वो कोचाड़ी ऊपर ले पॉइंट में में बढ़िया दे लाग गया बढ़िया पीछे दे बेचारे बुलावा कमेटी वाले मेरे 40 40 प्लस हजार भी कर रहे भाई इतने पीछे देऊंगा हिमाचल जावां जोंतिया बढ़िया कुश्ती ना दिखाऊंगा जोर ना लाऊंगा उनका फिर पीछे इतने दें फायदा भी के दंगल का फिर फायदा के भाई इतने पीछे देने लग रहे बेचारे एक बात सुन में या भी आवे है कि पहलवान का जो बुढ़ापा है नहीं वो कहीं ना कहीं बहुत ज्यादा मैंने दिक्कत भरिया बताया गया क्योंकि उसकी लाइफ हमेशा तो संघर्ष में, में लिगड़े है लास्ट में कहते मैं शरीर टूट ले है ना यार इसी को तो बात नहीं बढ़िया देसी डाइट खावा तो मतलब पहलवान वर्गा तो बुढ़ापा किसी का भी नहीं कटता बहुत बढ़िया कट है तो साइड इफेक्ट फिर इसका मतलब फिर डोंप डांप का भी चक्कर होगा हाँ हाँ भाई बहुत सारे लावा डोप भी लावा है टिके टाके लाए जाओ फिर यार उनका चोट फेटा ले दो तीन साल के दो तीन साल में जाए ले जाये बॉडी खत्म हाँ, हो हाँ, हुँ दो हुँ। साल में तो दो साल के अंदर तो में मतलब पहलवानी में आ गए वापिस घर आग जाए तो आप बात करेंगे डाइट प्लान का बारे में तो आपकी डाइट प्लान के है और जो आपका प्रैक्टिस का शेड्यूल है वो के है ਪ੍ਰੈਕਟਿਸ ਤੋਂ ਬਾਅਦ ਇਸ ਵੇਰੇ 4 ਵਜੇ ਉੱਠ ਜਾ। ਹੂੰ। ਆਪਣਾ ਫਰੈਸ਼ਪੁੱਸੋਂ 5 ਵਜੇ ਕਲਾਸ ਹੋਵੇ ਪ੍ਰੈਕਟਿਸ ਕੀ। ਹੂੰ। ਫਿਰ ਪ੍ਰੈਕਟਿਸ ਕਰ ਆ 5 ਵਜੇ ਆ ਗਿਆ। 2 2.5 ਘੰਟੇ ਪ੍ਰੈਕਟਿਸ ਕਰੇਗਾ ਨਾ। ਫਿਰ ਆਪਣਾ ਬਾਦਾਮ ਪਾਣੀ ਪੀਵਾਂ। ਆ ਕੇ ਫਿਰ ਅੰਡੇ-ਉੰਡੇ ਖਾ ਲਿਆ। ਅੰਡੇ-ਉੰਡੇ ਖਾ ਕੇ ਫਿਰ ਰੋਟੀਆਂ ਘੱਟੇ ਮੋਦ। ਰੋਟੀ ਖਾ ਕੇ ਫਿਰ ਦੁੱਧ-ਦਾਦ ਪੀ ਕੇ ਸੋ ਜਾ। ਫਿਰ 4 ਵਜੇ ਉੱਠਾਂਗਾ ਸ਼ਾਮ ਨੂੰ। ਸ਼ਾਮ ਨੂੰ ਟਕ ਪ੍ਰੈਕਟਿਸ ਕਰਾ ਫਿਰ ਉਹ ਹੀ ਬਾਦਾਮ-ਬਦੂਮ ਪੀਣੇ। ਸ਼ਾਮ ਨੂੰ ਫਿਰ ਆਪਣਾ ਰੋਟੀ-ਪਾਣੀ ਖਾਏ ਦੁੱਧ ਪੀ ਕੇ ਸੋ ਗਏ ਬਸ। ਤੋ ਗਰਾਊਂਡ ਦੀ ਪ੍ਰੈ भाई हफ्ता में दो तीन दिन जिम भी कर बाकी ना तो ग्राउंड ही करा तो जिम की का फायदा है या नुकसान है ज्यादा करना ज्यादा में तो नुकसान है मतलब हफ्ता में दो बार खींच खींचकर दो बार लगा लो अब में तो कोई दिक्कत नहीं है क्योंकि जो श्याणे श्याणे पहलवान है उनका यू मानना है कि बॉडी टाइट हो जाए है मसल टाइट हो जाए हैं इंजरी की शिकायत ज्यादा होने की लगातार जिम मारो उसकी तो भाई ना तो अपना कहना पहलवान ना थोड़ी पावर लिया खातर दो दिन तो करने जरूरी भी हो ਦੋ ਦਿਨ ਤੋਂ ਜਿਮ ਲਗਾਣੀ ਬਹੁਤ ਜ਼ਰੂਰੀ ਹੈ ਬਾਈ ਓਕੇ ਤੋ ਆਪਾਂ ਜੇ ਮੈਂ ਲੈ ਗਵਰਨਮੈਂਟ ਕਾ ਹਿਸਾਬ ਤਾਂ ਦੇਖਾਂ ਤੋ ਕਿਤਨਾ ਸਪੋਰਟ ਮਿਲਣ ਲੱਗ ਰਹੀ ਹੈ ਇਸ ਗੇਮ ਨੂੰ ਗਵਰਨਮੈਂਟ ਕੀ ਉਸਤਾ ਕੋਈ ਸਪੋਰਟ ਨਹੀਂ ਬਾਈ ਪਹਿਲਵਾਨੀ ਖਤਮ ਕਰਨ ਬਾ ਚੱਲ ਰਹੀ ਹੈ ਗਵਰਨਮੈਂਟ ਤੋਂ ਬਸ ਨੂੰ ਆਪਣਾ ਦੰਗਲ ਦੁੰਗਲ ਕਰਾ ਰਹੇ ਆ ਇਹ ਚੁਕਰ ਗਾਮ ਗੁੰਮਾ ਮ ਆਪਣਾ ਬੁਲਾਵਾ ਹਰਿਆਣਾ ਪੰਜਾਬ ਮੈਂ ਬਸ ਇਹ ਚ ਡਾਰੇ ਆ ਆਪਣਾ ਪਹਿਲਵਾਨੀ ਨਾ ਨਾ ਤੋ ਸਰਕਾਰ ਦੀ ਤਰਫ ਤੋਂ ਪਹਿਲਵਾਨੀ ਦਾ ਨਾਸ ਹੋ ਲਿਆ ਬਾਈ ਤੋ ਆਪ ਨੂੰ ਬਤਾਓ ਭਾਈ ਸਾਹਿਬ ਆਪ ਸਾਰੀ ਉਮਰ ਤੋ ਖੇਲ ਨਹੀਂ ਸਕਦੇ ਇੱਕ ਟਾਈਮ ਇਹ ਸਾ ਵੀ ਆਊਗਾ ਆਪਣਾ ਰੁਕਣਾ ਪੜੇਗਾ ਅਗਰ ਸਰਕਾਰ ਉਸਤੀ ਜੋ ਪ੍ਰੋਵਾਈਡ ਨਹੀਂ ਕਰਵਾ ਰਹੀ ਹੈ ਤੋ ਉਸਕੇ ਬਾਅਦ ਮੈਂ ਉਸਕਾ ਬੜਾ ਪਾ ਕਿਸ ਤਰੀਆਂ ਦਾ guzrega ਸਮਝੋ ਇਸ ਬਾਤ ਨੇ ਕਿਉਂਕਿ ਉਸਤੀ ਆਪਣਾ ਘਰ ਲੈ ਰਖਿਆ ਹੈ ਉਸਕਾ ਮੈਂ ਪਹਿਲਵਾਨੀ ਮੈਨੂੰ ਤੋ ਹੈ ਨਹੀਂ ਕਹ ਹੈ ਭਾਈ ਕਾਂਦ ਵੀ ਖਾਜੇ ਆਪਣਾ ਮਕਾਨ ਕੀ ਘਰ ਨਹੀਂ ਲੈ ਕਹ ਹੈ ਭਾਈ ਘਰ ਖਾਜੇ ਹੈ ਤੋ ਘਰ ਲੱਗ ਗਿਆ ਹੈ ਤੋ ਉਸਤੀ ਰਿਕਵਰੀ ਕਿਸ ਤਰੀਆਂ ਤੋ ਹੋਵੇਗੀ ਕਿਉਂਕਿ ਉਸਤੀ ਬੁਈਆ ਬਣਾਣ ਖਾਤਰ ਤੋ ਗੇਮ ਸ਼ੁਰੂ ਕਰਿਆ tha ਬੁਈਆ ਕਿਸ ਤਰੀਆਂ ਦਾ ਸੁਰੱਖਿਤ ਰਹੋਗਾ ਫਿਰ ਹਾਂ ਇਹ ਸਰਕਾਰ ਦੇ ਦੇ ਨਹੀਂ ਬਈ ਨੌਕਰੀ ਜੁਣ ਸੇ ਮੈਡਲ ਮੇਰੇ ਨੈਸ਼ਨਲ ਮੈਂ ਇਸ ਮੈਡਲ ਪੈ ਇਹਨੇ ਕਾਂਗਰਸ ਨੇ ਉੱਡਾ ਨੇ ਉਸ ਟਾਈਮ ਬਾਈ ਸਿੱਧੇ ਹੌਲਦਾਰ ਲਾਏ ਪੁਲਿਸ ਮੈਂ ਜੋ ਮੈਡਲ ਮੇਰਾ ਜੂਨੀਅਰ ਮੈਡਲ ਹੈ ਮੇਰਾ ਜੂਨੀਅਰ ਮੈਡਲ ਵਾਲੇ ਇਹਨੇ ਉੱਡਾ ਸਾਹਿਬ ਨੇ ਗ੍ਰੇਡੇਸ਼ਨ ਬਣਾਈ ਕਰਦੀ ਪਹਿਲਾਂ ਹਾਂ ਗ੍ਰੇਡੇਸ਼ਨ ਨਹੀਂ ਕਾਗਜ਼ ਲੈ ਕਰਦਾ ਸਿੱਧਾ ਹੌਲਦਾਰ ਵਰਤੇ ਹੋਏ ਕਰਦਾ भाई यो कंपटीशन बहुत जोनियर का सबसे तगड़ा कंपटीशन है सीनियर का बराबर है बिल्कुल बिल्कुल और उसमें नेशनल मेडल लाना तो बहुत बड़ी बात है बहुत बड़ी अचीवमेंट हो जाएगी और देखो तो कहीं ना कहीं ये जो स्कीम है पहलवान नाती बिल्कुल खत्म करने वाली लग रही है मन भाई मटकी तो वे छोड़ दी है मटकी में करदा नहीं मट्टी-मट्टी करू जब मेडल भी आ लिया मेडल लगाने के बाद भी कुछ न्यू नहीं होया भाई नौकरी मिलेगी ना मिलेगी कोई कागज भी चेक करदा फिर के फायदा है मटकी करने का ਬਿਲਕੁਲ ਬਿਲਕੁਲ ਆਪਣਾ ਮੱਟਕੇ ਕਰਾਂਗੇ ਪੈਸੇ ਕਮਾਵਾਂਗੇ ਵਡਿਆ ਨਾਮ ਕਮਾਵਾਂਗੇ ਆਪਣਾ ਤਾਂ ਇਸ ਵਿੱਚ ਜੋ ਬੱਚੇ ਆਣਾ ਚਾਹਵੇ ਇਸ ਲਾਈਨ ਮਾਣਾ ਚਾਹਵੇ ਹੈ ਔਰ ਇੱਕ ਤਰਫ ਸਰਕਾਰੀ ਨੌਕਰੀ ਵੀ ਨਹੀਂ ਹੈ ਤਾਂ ਗਰੀਬ ਘਰਾਂ ਦੇ ਬਾਲਕੇ ਤੋਂ ਇਸ ਕੰਮ ਆਵੇ ਹੈ ਮੱਧਮ ਵਰਗੀਏ ਪਰਿਵਾਰ ਕੇ ਬਾਲਕ ਆਵੇ ਤਾਂ ਉਨਤੀ ਤੋਂ کہیں ਨਾ کہیں ਭਵਿਸ਼ਾ ਦਿਖਦਾ ਹੀ ਕੋ ਨਹੀਂ ਇਸ ਲਾਈਨ ਮੈਂ ਗਰੀਬ ਘਰ ਕੋ ਤੋ ਬੰਦਾ ਆ ਜਗਾ ਟੈਮ ਪਹਿਲਵਾਨ ਨਹੀਂ ਕਰੇ ਨਹੀਂ ਸਕਦਾ ਪਹਿਲਵਾਨ ਹੈ ਪ੍ਰੈਕਟਿਸ ਤਾਂ ਜ਼ਿਆਦਾ ਡਾਈਟ ਦੀ ਜ਼ਰੂਰਤ ਹੈ ਹਮ ਗਰੀਬ ਆਦਮੀ ਕਰਦਾ ਡਾਈਟ ਲਿਆ ਵਾ ਬਾਈ ਬਿਲਕੁਲ ਹਾਂ ਡਾਈਟ ਨਹੀਂ ਮਿਲਦੀ ਹੈ ਬਾਈ ਗਰੀਬ ਆਦਮੀ ਤੋਂ ਵਿਚਾਰਾ ਟੈਲੈਂਟ ਹੋਵੇ ਉਸ ਬੰਦਾ ਮੈਂ ਗਰੀਬ ਆਦਮੀ ਬਹੁਤ ਜ਼ਿਆਦਾ ਟੈਲੈਂਟ ਪਾਵੇ ਉਹ ਟੈਲੈਂਟ ਨੂੰ ਗਾ ਨੂੰ ਦਬ ਜਾ ਉਸ ਬੰਦੇ ਦਾ ਹੈ ਇਹ ਕੋ ਰਹਿਣੀ ਇਹ ਬਾ ਆਪਾ ਦੇਖਾਂ ਇੱਕ ਛੋਟੀ ਦਾ ਪਹਿਲਵਾਨ ਹੋ ਜੇ ਛੋਟੀ ਦਾ ਪਹਿਲਵਾਨ ਹੋਣੇ ਕੇ ਬਾਅਦ ਮੁਸਤੀ ਜੋਬ ਨਹੀਂ ਮਿਲਦੀ ਜੋਬ ਨਾ ਮਿਲਨੇ ਕੇ ਬਾਅਦ ਮੈਂ ਮਾਰਕੀਟ ਮੈਂ ਉਹ ਕੰਮ ਕਰਨ ਲਾਇਕ ਬਸ ਜਾ ਹਾਂ ਨਹੀਂ ਹੋ ਸਕਦਾ ਬਾਈ ਯਾਰ ਇਤਨਾ ਵੱਡਾ ਨਾਮ ਹੋ ਗਿਆ ਮੇਰਾ ਨਾਮ ਹੈ ਮਤਲਬ ਆਪਣੇ ਕੈਥਲ ਮੈਂ ਵੀ ਜੈਗਬਰਾ ਅਜ ਨੂੰ ਤਾਂ ਸਾਰੇ ਪਹਿਲਵਾਨ ਜੀ ਪਹਿਲਵਾਨ ਜੀ ਆਇਆ ਬੋਲੋ ਕੜੀਆਂ ਵੀ ਬਿਲਕੁਲ ਈਬ ਜੇ ਮੈਂ ਕੜੀਆਂ ਪ੍ਰਾਈਵੇਟ ਨੌਕਰੀ ਲਾਗੂਗਾ ਤਾਂ ਗੈੜ ਦੇਵਾਂਗੇ ਯਾਰ ਬਿਲਕੁਲ ਭਾਈ ਉਹ ਇਤਨਾ ਵੱਡਾ ਪਹਿਲਵਾਨ ਹੋ ਗਿਆ ਯਾਰ ਕਿ জব ਕਰਨ ਲੱਗ ਰਿਹਾ ਬਿਲਕੁਲ ਹੈ ਆਛਾ ਥੋੜੇ ਲੱਗੇਗਾ ਬਿਲਕੁਲ ਮੈਂ ਤਾਂ ਕਰ ਵੀ ਲਵਾਂਗਾ ਚਲ ਕੋਈ ਨਹੀਂ ਸ਼ਰਮਿੰਦਾ ਹੋਗਾ ਫਿਰ ਵੀ ਪਹਿਲਵਾਨ ਨਹੀਂ ਤਾਂ ਵੇਚ ਦਿਓਗੀ ਫਿਰ ਯਹੀ ਤਾਂ ਬਾਤ ਨੇ ਭਾਈ ਇੱਕ ਟਾਈਮ ਤੋਂ ਉਸकी ਮਲੇ ਤੁੱਤੀ ਬੋਲੇ ਕਰਦੀ ਦੂਸਰਾ ਟਾਈਮ ਉਸਦੀ ਦਿਹਾੜੀ ਕਰਨੀ ਪੜ ਰਹੀ ਹੈ ਤਾਂ کہیں ਨਾ کہیں ਸ਼ਰਮ ਵਾਲੀ ਬਾਤ ਹੈ ਕਿ ਨਹੀਂ ਸ਼ਰਮ ਕੀ ਬਾਤ ਹੈ ਭਾਈ ਕੋਈ ਬੰਦਾ ਜੇ ਦੁਕਾਨ ਕਰ ਕੇ ਬੈਠਾ ਗਨ ਇतना ਬੜਾ ਨਾਮ ਕਰਿਆ ਹੂੰ ਇਹ ਦੇਖ ਯਾਰ ਅੱਜ ਦੁਕਾਨ ਕਰਿਆ ਬਿਲਕੁਲ ਹੈ ਬਸ ਨੋ ਜੋਬ ਦੇਓ ਵਡੀਆਂ ਜੋਬ ਵੀ ਨੋ ਨੇ ਛੋਟੇ ਮੋਟੇ ਤੋਂ ਵਡੀਆਂ ਜੋਬ ਦੇਓ ਮੈਨੂੰ ਸਰਕਾਰ ਦਾ ਬਈ ਨੂੰ ਦਿਖਾਂ ਪਹਿਲਵਾਨ ਹੋਇਆ ਅੱਛਾ ਲੱਗ ਹਾਰਥਿਕ ਸਹਾਇਤਾ ਵੀ ਮਿਲਣੀ ਚਾਹੀਏ ਸਾਥੀ ਸਾਥ ਕਿਉਂਕਿ ਡਾਈਟ ਕੋ ਜਦੇ ਫੋਲੋ ਕਰਿਆ ਜਾ ਸਕਿਆ ਹੈ ਗੇਮ ਕੋ ਜਦੇ ਬੜਾ ਬਣਾਇਆ ਜਾ ਸਕਿਆ ਜਦ ਉਸki ਡਾਈਟ ਅੱਛੀ ਹੋਗੀ ਉਸਕਾ ਮੈਨੂੰ ਸਿਸਟਮ ਸਾਰਾ ਅੱਛਾ ਹੋਗਾ ਬਈ ਸਰਕਾਰ ਕੀ ਤਰਫ ਤੋਂ ਇੱਕ ਬਾਤ ਬਤਾਉਂ ਇਹ ਜਾ ਕੰਮ ਕਰ ਦਿਆ ਜੋ ਅੱਜ ਕੰਪੀਟੀਸ਼ਨ ਹੋਇਆ ਵਿਚਾਲਾ ਇਸ ਮੈਂ ਬਲਕਾਂ ਪਾ ਅੱਜ ਵੀ ਫੀਸ ਲਈ ਹੈ ਹੂੰ ਇਹਦੇ ਇਸ ਕੀ ਲਈ ਤਾਂ 100 ਰੁਪਏ ਫੀਸ ਹੈ ਨਾ ਤੋ ਇਹ ਵੀਸ਼ੇ ਕੰਪੀਟੀਸ਼ਨ ਆਣ ਲੱਗ ਰਿਹਾ ਮਟ ਕੇ ਜਿਸ ਮੈਂ ਜਰ ਜਰ 2000 ਵੀ ਫੀਸ ਹੈ ਪਹਿਲਾਂ ਫੀਸ ਦੇਣੀ ਪੜੇ 2000 ਰੁਪਏ ਗਰੀਬ ਆਦਮੀ 2000 ਰੁਪਏ ਕਿੱਟ ਤੇ ਲਿਆਗਾ ਭਾਈ ਉਹ ਤੋ ਖੇਲੇ ਨਹੀਂ ਸਕਦਾ ਫਿਰ ਇਹ ਜਾ ਕੰਮ ਕਰ ਦਿਆ ਭਾਈ ਤੋ کہیں ਨਾ کہیں ਫਿਰ ਯੋ ਲੱਗ ਗਿਆ ਹੈ ਜੋ ਕੁਸ਼ਤੀ ਦਾ ਭਵਿਸ਼ਿਆ ਹੈ ਉਹ ਅੰਧਕਾਰ ਮੈਂ ਹੈ ਜੋ ਅੰਧਕਾਰ ਮੈਂ ਹੋ ਗਿਆ ਭਾਈ ਬਾਕੀ ਨੂੰ ਆ कोई अपना पहलवान नहीं करा माटी का पहलवान नहीं करा करे चीज करे पैसा भी है है नाम भी युवा साथियों के संदेश दे आखिरी में भाई युवा साथियों तो यह कहूँगा अपने खेले करो प्रैक्टिस करो सुबह उठो अपने नशे पचास दूर रहो खास कर लो तो भाई के विचार आप कितने सहमत हो और कहीं ना कहीं कुश्ती ने लेके एक दर्द है भाई का जो दिल में है कि भाई ਪਹਿਲਵਾਨਾਂ ਦੀ ਉਹ ਚੀਜ਼ ਨਹੀਂ ਮਿਲਣ ਪਾਰੀ ਜਿਸਕੇ ਉਹ ਵਾਕਈ ਮਾਕਦਾਰ ਹਨ ਔਰ کہیں ਨਾ کہیں ਆਪਣਾ ਜੋ ਖੇਲ ਜਗਤ ਹੈ ਉਹ ਡੁੱਬਦਾ ਜਾਣ ਲੱਗ ਰਿਹਾ ਹੈ ਕੁਸ਼ਤੀ ਇੱਕ ਨਿਊ ਸੋਚ ਲੋ ਧਰਤੀ ਦਾ ਜੋੜਿਆ ਬਾਲਕ ਹੀ ਖੇਲਾ ਹੈ ਕਿਉਂਕਿ ਟਾਟਾ ਬਾਟਾ ਕੇ ਤਾਂ ਬਾਲਾ ਖੇਲਾ ਕੋ ਨਹੀਂ जो आम घर आगे बालक हैं वो खेलना है और इसे उम्मीद में खेलना है कि आगे चालक है ना उनकी प्लेरी अच्छी हो जाएगी तो उनकी जॉब वगैरह मिल जाएगी और तो उनका भविष्य सुरक्षित हो जाएगा लेकिन जिस तरह भाई के विचार हैं इतनी बड़ी अचीवमेंट के बाद में भी भाई का चेहरा पर वाह खुशी नहीं है कुश्ती ने लेकर न जो होनी चाहिए क्योंकि सरकार की जो नीतियाँ हैं कहीं ना कहीं प्लेयरों को दबाने के लिए और उनको समाप्त करने के लिए बनाई गई हैं और बड़े बड़े उद्योगपति हैं उनको बढ़ावा देने के लिए बनाई गई हैं इस वीडियो के बारे में जो अपने विचार है नीचे कमेंट बॉक्स में आप जरूर लिखियो वीडियो ने शेयर कर दियो मिला नेक्स्ट वीडियो में तब तक के लिए जय हिंद वंदे मातरम जय जै जवान जय किसान